ਮੇਰਾ ਨਾਮ ਜਕੂਬ ਹੈ ਜੀ। ਇਹ ਅਸੀਂ ਮਾਖਾ ਪਿੰਡ ਮਾਖਾ ਮਕੇਰੀਆਂ ਥਾਣਾ ਪੈਂਦਾ ਜੀ, ਇੱਥੇ ਅਸੀਂ ਖੜੇ ਹਾਂ। ਇੱਥੇ ਅੱਗ ਲੱਗੀ ਹੈ ਲਤੀਫ ਦੇ, ਇਹਨੂੰ ਕੁੱਲ ਪਰਾਲੀ ਸਾਰਾ ਕੁਛ ਫੁਕੋ ਗਿਆ। ਇਹਦਾ ਕਹਿਣ ਦਾ ਮਤਲਬ ਵੀ 5 ਲੱਖ ਰੁਪਈਆ ਵੀ ਸੀਗਾ ਮੇਰੇ ਕੋਲ, ਮੈਂ ਕਿਤੇ ਜਗ੍ਹਾ ਇਹਨੇ ਲਈ ਹੈ, ਸ਼ੈੱਡ ਸ਼ੁੱਡ ਪਾਣੀ ਸੀ ਬੱਚਿਆਂ ਵਾਸਤੇ, ਡੰਗਰਾਂ ਵਾਸਤੇ, ਡੰਗਰ ਵੀ ਵੇਚੇ ਆ, ਕੋਈ ਡੇਅਰੀ ਤੋਂ ਪੈਸੇ ਵੀ ਲੈਂਦੇ ਆ। ਬਾਕੀ ਇਸ ਵੇਲੇ ਦੇਖੋ ਬਹੁਤ ਪੱਠੇ ਦੀ ਕਮੀ ਹੈ, ਮਤਲਬ 2-2.5 ਲੱਖ ਦੀ ਇਹਦੀ ਪਰਾਲੀ ਵੀ ਸੀਗੀ। ਬਾਕੀ ਜੋ ਟੋਮ ਟੱਲੀ ਹੈ, ਜੋ ਗਹਿਣਾ ਵੀ ਸੀਗਾ, ਬੱਚਿਆ ਕੁਛ ਨਹੀਂ ਜੀ ਇਹਦਾ। ਤੇ ਦੇਖੋ ਇਹ ਗਰੀਬ ਹੈਗਾ, ਦੇਖੋ ਗਰੀਬ ਬੰਦਾ, ਇਹਦਾ ਨਾ ਵੱਧ ਤੋਂ ਵੱਧ ਇਹਦੀ ਮਦਦ, ਅਸੀਂ ਪ੍ਰਸ਼ਾਸਨ ਕੋਲੋਂ ਮਦਦ ਮੰਗਦੇ ਹਾਂ। ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ, ਜੇਕਰ ਗੱਲ ਕਰੀਏ? ਦੇਖੋ ਟੋਟਲ, ਦੇਖੋ ਘਰ ਦੀਆਂ ਜਾਇਦਾਦਾਂ ਬੜੀਆਂ ਹੁੰਦੀਆਂ ਤੁਹਾਨੂੰ ਪਤਾ, ਟੋਟਲ ਜੇ 5 ਲੱਖ ਨਕਦੀ ਕਹਿੰਦਾ ਤੇ ਦੇਖੋ 6-7 ਲੱਖ ਦਾ ਬਾਕੀ ਵੀ ਨੁਕਸਾਨ ਹੈਗਾ ਇਹਦਾ। ਕੀ ਅੱਗ ਲੱਗਣ ਦੇ ਕੀ ਕਾਰਨ ਲੱਗੇ? ਇਹ ਜੀ ਜਿਹਦੀ ਪਹਿਲੀ ਚ ਬੈਠਾ ਸੀ ਮਾਲਕ, ਉਹਦੇ ਕੋਲ ਲੱਗ ਗਈ ਅੱਗ। ਹਾਂਜੀ, ਉਹਨੇ ਆਪੇ ਕਹਿਤਾ ਜੀ ਮੇਰੇ ਕੋਲ ਲੱਗ ਗਈ ਆ। ਕਿਤੇ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਮਾਲੀ ਜਾਨੀ ਨੁਕਸਾਨ ਇਹਨਾਂ ਨਹੀਂ ਬਚਾਇਆ ਹੋਇਆ, ਮਾਲਕ ਨੇ ਬਚਾ ਕਰਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਇਹੋ ਜੀ ਇਨਸਾਫ ਮੰਗਦੇ ਆ ਕਿ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਕੀ ਨਾਮ ਆ ਜੀ ਆਪਣਾ ਤੇ ਕਿੱਥੇ ਰਹਿੰਦੇ ਜੀ ਤੁਸੀਂ? ਬਸ ਇੱਥੇ ਰਹਿੰਦਾ ਜੀ, 4-5 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ। ਹਾਂਜੀ, ਅੱਗ ਲੱਗ ਗਈ ਜੀ, ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਤਾਂ ਫਿਰ ਜੋ ਵੀ ਥਾ 15-20 ਸਾਲ ਦਾ ਸਾਡਾ ਜੋ ਮਿਹਨਤ ਸੀ ਉਹ ਸੜ ਗਿਆ ਸਾਰਾ ਇੱਥੇ। ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜੇਕਰ ਗੱਲ ਕਰੀਏ ਤਾਂ? ਕੋਈ ਪੈਸੇ ਨਗਦੀ ਸੀ 5 ਲੱਖ ਰੁਪਈਆ। ਅੱਛਾ ਜੀ, ਬਾਕੀ ਗਹਿਣੇ ਗੁਣੇ ਸੀ, ਜੋ ਭਾਂਡਾ ਕੱਪੜਾ ਜੋ ਵੀ ਥਾ ਇੱਥੇ ਸੀ ਸਾਰਾ ਜਾਇਦਾਦ ਸਾਡਾ। ਇਹਨਾਂ ਦੇ ਘਰ ਸੀ ਛੱਡੇ ਦੇ ਪੇਟੀਆਂ, ਉਹ ਇਹਨਾਂ ਨੇ ਚੁਕਾ ਦਿੱਤੀਆਂ ਉੱਥੋਂ, ਇੱਥੇ ਲਿਆ ਕੇ ਰੱਖੀ ਕੁੱਲ ਦੇ ਵਿੱਚ। ਪੈਸਿਆਂ ਦੀ ਗੱਲ ਕਰੀਏ ਤਾਂ ਕਿੰਨੀ ਨਗਦੀ ਸੀਗੀ? 5 ਲੱਖ ਰੁਪਈਆ ਜੀ। ਤੇ ਬਾਕੀ ਜੇਕਰ ਹੋਰ ਗਹਿਣੇ ਗੱਟੇ ਦੀ ਗੱਲ? ਗਹਿਣੇ ਦਾ ਉਹ ਤਾਂ ਗਹਿਣੇ ਮਹਿੰਗੇ ਹੀ ਬਣੇ ਦੇ, ਗਹਿਣੇ ਮਹਿੰਗੇ ਹੀ ਕਾਫੀ ਨੁਕਸਾਨ ਹੋ ਗਿਆ ਜੀ। ਮਨਾ ਪ੍ਰਸ਼ਾਸਨ ਦੇ ਮੌਕੇ ਤੇ ਪਹੁੰਚਿਆ, ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਜੀ? ਬਾਕੀ ਸਰ ਜੋ ਪਰਾਲੀ ਦਾ ਹਿਸਾਬ ਕਿਤਾਬ ਹੈ, 1.5 ਲੱਖ ਰੁਪਈਆ ਪਰਾਲੀ ਦੇ ਲੱਗਾ ਸੀ ਉਸ ਬਾਰੇ, ਤੇ ਹੁਣ ਮੌਕੇ ਦੇ ਇਸ ਲਈ ਪਰਾਲੀ ਜਿਹੜੀ 2-2.5 ਲੱਖ ਦੀ ਸੀ, ਜਿਹਨੇ ਇਸ ਲਈ ਬਹੁਤ ਜਣੇ ਐਮਰਜੈਂਸੀ ਸਾਨੂੰ ਪਰਾਲੀ ਦੇ ਸਾਰਾ ਸਿਰ ਬੰਦ ਹੈ। ਨਾਮ ਕੀ ਹੈ ਜੀ ਤੁਹਾਡਾ? ਲਤੀਫ। ਲਤੀਫ ਹੈ ਜੀ ਤੁਹਾਡਾ ਨਾਮ ਤੁਹਾਡਾ? ਹਾਂਜੀ ਲਤੀਫ ਮਾਮ। ਪਿਤਾ ਦੀ ਗੱਲ ਕਰੀ, ਕੀ ਨਾਮ ਤੁਹਾਡਾ? ਮੂਸਾ। ਅੱਛਾ, ਹਾਂਜੀ। ਮੁਕੇਰੀਆਂ ਦੇ ਮਾਖੇ ਦੇ ਪਿੰਡ ਚ ਰਹਿ ਰਹੇ ਜੀ? ਹਾਂਜੀ ਮਾਖੇ। ਨਾ ਵੀਰੇ ਤੁਹਾਡਾ? ਮੰਗਲ ਸਿੰਘ ਜੀ, ਦਸੂਆ ਫਾਇਰ ਬ੍ਰਿਗੇਡ ਤੋਂ ਆਏ ਪਾ, ਸਾਨੂੰ ਕਾਲ ਆਈ ਸੀ ਕਿ ਮੁਕੇਰੀਆਂ ਮਾਖੇ ਪਿੰਡ ਨਾ ਗੁਜਰੇ ਕੋਲ ਅੱਗ ਲੱਗੀ ਹੈ। ਆਪਾਂ ਮੌਕੇ ਤੇ ਆ ਕੇ ਉਦਾਂ ਕਾਬੂ ਪਾਇਆ ਹੈ, ਬਾਕੀ ਹਲੇ ਤੱਕ ਅੱਗ ਲੱਗੀ ਪਈ ਹੈ, ਬਾਕੀ ਦੇਖ ਲੈਣ ਜਿੱਦਾਂ ਸਾਨੂੰ ਲੱਗੂਗਾ, ਆਪਾਂ ਗੱਡੀਆਂ ਹੋਰ ਮੰਗਾ ਲਈਆਂ ਨੇ, ਦੇਖ ਲੈਣ ਜਿੱਦਾਂ ਹੋਊਗਾ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਜੀ। ਕਿੰਨਾ ਕੁ ਲੱਗਦਾ ਜੀ ਵੀਰੇ ਨੁਕਸਾਨ ਹੋ ਗਿਆ? ਨੁਕਸਾਨ ਨਹੀਂ, ਉਹਦਾ ਕਾਫੀ ਹੋ ਗਿਆ, ਜਾਨੀ ਨੁਕਸਾਨ ਨਹੀਂ, ਉਦਾਂ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਘਰ ਦਾ ਜੀ, ਸਮਾਨ ਸਮੂਨ ਸੜ ਗਿਆ ਜੀ। ਹੁਣ ਤੱਕ ਕਿੰਨੀਆਂ ਅੱਗ ਦੀਆਂ ਜਿਹੜੀਆਂ ਗੱਡੀਆਂ ਆ ਚੁੱਕੀਆਂ? ਭਜਾਉਣ ਹਲੇ ਇੱਕ ਗੱਡੀ ਆਈ, ਬਾਕੀ ਮਗਰ ਆਉਂਦੀ ਪਈ ਗੱਡੀ। ਠੀਕ ਹੈ ਸਰ, ਮੁਕੇਰੀਆਂ ਦੇ ਮਾਖੇ 'ਚ ਜਿਹੜੀ ਅੱਗ ਲੱਗੀ, ਕਿਵੇਂ ਕੀ ਗੱਲਬਾਤ ਹੋਈ ਸਰ? ਮੌਕੇ ਤੇ ਆਏ ਆ, ਜਿਹੜਾ ਪਰਾਲੀ ਦਾ ਮਾਲਕ ਹੈ ਕਹਿੰਦਾ ਉਹਨੇ ਇੱਕ ਤੋਂ ਆਪਣੀ ਪਰਾਲੀ ਨੂੰ ਵੀੜੀ ਵੂੜੀ ਪੀਂਦਿਆਂ ਕਿਤੇ ਅੱਗ ਲੱਗ ਗਈ ਹੈ, ਤੋਂ ਬਾਕੀ ਦੇਖਦੇ ਵੈਰੀਫਾਈ ਕਰ ਰਹੇ, ਦੋਨਾਂ ਪਾਰਟੀਆਂ ਨੂੰ ਬੁਲਾਇਆ ਠਾਣੇ। ਅੱਛਾ ਜੀ, ਨੁਕਸਾਨ ਤਾਂ ਕਾਫੀ ਹੋ ਗਿਆ ਇਹਨਾਂ ਦਾ, ਪਰ ਇਹ ਹੈ ਵੀ ਡੰਗਰ ਬੱਛੇ ਦਾ ਬਚਾਅ ਹੈਗਾ, ਇਨਸਾਨ ਦਾ ਠੀਕ ਠਾਕ ਹੈ, ਬਾਕੀ ਸਮਾਨ ਸਮੂਨ ਤੋਂ ਸੜ ਕੇ ਸਾਰਾ ਸੁਆਹ ਹੋਇਆ, ਬਾਕੀ ਦੇਖਦੇ ਜੋ ਵੀ ਬਣਦਾ। ਮਾਲੀ ਨੁਕਸਾਨ ਮਾਲੀ ਤਾਂ ਹੁਣ ਐਸਟੀਮੇਟ ਲਾਣਗੇ ਸਾਰੇ, ਦੱਸਣਗੇ ਕਿਸ ਹਿਸਾਬ ਨਾਲ ਕਿੰਨਾ ਕੁ ਹੈਗਾ, ਜਿਸ ਸਾਨੂੰ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰ ਦਾਂਗੇ, ਜੇ ਤਾਂ ਬਹਿ ਕੇ ਨਿਬੜਦਾ ਠੀਕ ਹੈ, ਨਹੀਂ ਤਾਂ ਫਿਰ ਕਾਰਵਾਈ ਤਾਂ ਕਰਾਂਗੇ। ਥੈਂਕ ਯੂ।